ਸਾਡੇ ਵਿਚਕਾਰ ਚੰਡੀਗੜ੍ਹ ਸਰਕਾਰੀ ਕਾਲਜ ਤੋਂ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ, ਜੋ ਕਿ ਭਾਵੇਂ ਆਪ ਕਰਨਾਟਕਾ ਸਟੇਟ ਨਾਲ ਸੰਬੰਧਿਤ ਹਨ ਅਤੇ ਉਹਨਾਂ ਦੀ ਮੂਲ ਭਾਸ਼ਾ ਜਿਹੜੀ ਉਹ ਕੰਨੜ ਹੈ, ਪਰ ਉਹ ਪੰਜਾਬੀ ਨਾਲ, ਪੰਜਾਬੀ ਮਾਂ ਬੋਲੀ ਜੋ ਕਿ ਪੰਜਾਬੀਆਂ ਦੀ ਮਾਂ ਹੈ, ਉਹਦੇ ਪ੍ਰਚਾਰ ਲਈ ਅਤੇ ਉਹਦੇ ਪਸਾਰ ਲਈ ਸਾਨੂੰ ਅਕਸਰ ਦਿਨ ਰਾਤ ਯਤਨ ਕਰਦੇ ਨਜ਼ਰ ਆਉਂਦੇ ਨੇ। ਅਜੀਤ ਵੈਬ ਟੀ ਵੀ 'ਤੇ ਅਸੀਂ ਉਹਨਾਂ ਨਾਲ ਇੱਕ ਦੋ ਸਵਾਲ ਜੋ ਕਿ ਮਾਂ ਬੋਲੀ ਪੰਜਾਬੀ ਨਾਲ ਸੰਬੰਧਿਤ ਨੇ ਉਹਨਾਂ ਨਾਲ ਕਰਾਂਗੇ। ਸਭ ਤੋਂ ਪਹਿਲਾ ਸਵਾਲ ਹੈ ਪੰਡਿਤ ਜੀ, ਤੁਸੀਂ ਜਿਹੜੀ ਪੰਜਾਬੀ ਦੀ ਕਿਹੜੀ ਵੰਨਗੀ ਹੈ ਜਾਂ ਪੰਜਾਬੀ ਦੀ ਕੀ ਖਾਸੀਅਤ ਹੈ ਜਿਹੜੀ ਕਿ ਤੁਸੀਂ ਇਸ ਬੋਲੀ ਵੱਲ ਖਿੱਚੇ ਗਏ? ਜੀ, ਪੂਰਾ ਪੰਜਾਬੀ ਭਾਸ਼ਾ ਹੀ ਕੋਈ ਖਾਸ ਹੈ। ਮੈਂ ਭਾਵੇਂ ਕਰਨਾਟਕ ਤੋਂ ਹਾਂ, ਪਰ ਮੈਂ ਹੁਣ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਵਸਦਾ ਹੈ, ਜੋ ਪੰਜਾਬ ਦੇ 22 ਪਿੰਡਾਂ ਨੂੰ ਉਜਾੜ ਕੇ ਵਸਿਆ ਗਿਆ ਸੀ। ਇਸ ਲਈ ਜੇਕਰ ਮੈਂ ਰੋਜ਼ ਪੰਜਾਬ ਦੀ ਰੋਟੀ ਖਾਧਾ ਹੈ, ਰੋਜ਼ ਪੰਜਾਬ ਦੀ ਪਾਣੀ ਪੀਂਦਾ ਹੈ, ਅਤੇ ਪੰਜਾਬੀ ਭਾਸ਼ਾ ਮੇਰੇ ਲਈ ਖਾਸ ਹੈ। ਪੰਜਾਬੀ ਭਾਸ਼ਾ ਦਾ ਸੇਵਾ ਕਰਨਾ ਮੇਰਾ ਧਰਮ ਹੈ, ਪੰਜਾਬੀ ਭਾਸ਼ਾ ਨੂੰ ਉੱਚੀ ਪੱਧਰ 'ਤੇ ਰੱਖਣਾ ਹੀ ਮੇਰਾ ਇਨਸਾਫ ਹੈ। ਜੀ ਪ੍ਰੋਫੈਸਰ ਸਾਹਿਬ, ਜਿਹੜਾ ਤੁਸੀਂ ਪੰਜਾਬੀ ਲਈ ਮਹਿਮ ਚਲਾਉਂਦੇ ਹੋ, ਤੁਸੀਂ ਕੀ ਸਮਝਦੇ ਹੋ ਜਿਹੜੇ ਪੰਜਾਬੀ ਨੇ ਜਾਂ ਸਰਕਾਰਾਂ ਨੇ ਪੰਜਾਬ ਦੀ, ਉਹ ਤੁਹਾਡਾ ਸਾਥ ਦਿੰਦੀਆਂ ਨੇ ਜਾਂ ਉਹਨਾਂ ਦਾ ਉਹ ਕਿੱਥੇ ਕੁ ਸਟੈਂਡ ਕਰਦੀਆਂ ਨੇ ਇਸ ਮਹਿਮ 'ਚ ਤੁਹਾਡੇ ਨਾਲ? ਜੀ ਬਿਲਕੁਲ, ਪੰਜਾਬੀ ਲੋਕ ਮੈਨੂੰ ਲੱਗਦਾ ਹੈ ਆਪਣੀ ਮਾਂ ਬੋਲੀ ਨੂੰ ਉੱਚੀ ਪੱਧਰ 'ਤੇ ਰੱਖਣ ਲਈ ਇੱਕ ਦਿਨ ਜਾਗਣਗੇ। ਖਾਸ ਤੌਰ 'ਤੇ ਪੰਜਾਬੀ ਔਰਤ ਜਾਗੋ ਆਈ ਗਾ ਕਿ ਸਭ ਨੂੰ ਜਗਾਉਣ ਵਾਲੀ ਪੰਜਾਬੀ ਔਰਤ ਇੱਕ ਵਾਰ ਜਗੀ ਜ਼ਰੂਰ ਜਾਗੇਗੀ। ਪੰਜਾਬੀ ਲੋਕ ਹਰ ਘਰ ਦੇ ਵਿੱਚ ਪੰਜਾਬੀ ਲੋਕ ਜਾਗਣਗੇ, ਪੰਜਾਬੀ ਸਰਕਾਰ ਜਾਗੇਗੀ, ਕਿਉਂਕਿ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਸਤਿਕਾਰ ਜਗਾਉਣ ਦਾ ਕਾਰਜ ਹੁਣ ਸ਼ੁਰੂ ਹੋ ਚੁੱਕਿਆ ਹੈ। ਮੈਨੂੰ ਲੱਗਦਾ ਹੈ ਹਰੇਕ ਪੰਜਾਬੀ ਆਪਣੀ ਮਾਂ ਬੋਲੀ ਦਾ ਸਤਿਕਾਰ ਸਨਮਾਨ ਦਿਲਾਉਣ ਲਈ ਕੋਸ਼ਿਸ਼ ਕਰਨਗੇ। ਪ੍ਰੋਫੈਸਰ ਸਾਹਿਬ, ਇਹ ਵੀ ਹੈਗਾ ਵੀ ਤੁਸੀਂ ਜਿਹੜੀ ਹੈਗੀ ਹੈ ਗੁਰਬਾਣੀ, ਉਹਦਾ ਵੀ ਜਿਹੜਾ ਤਰਜਮਾ ਤੁਸੀਂ ਉਹ ਕੀਤਾ ਹੈ, ਉਹ ਕਿਹੜੀਆਂ ਕਿਹੜੀਆਂ ਭਾਸ਼ਾਵਾਂ 'ਚ ਕੀਤਾ ਹੈ, ਅਤੇ ਤੁਸੀਂ ਬਾਣੀ ਬਾਰੇ ਕਿੰਨਾ ਕੁ ਜਾਣਦੇ ਹੋ ਜਾਂ ਕਿੰਨਾ ਗਿਆਨ ਰੱਖਦੇ? ਦੇਖੋ, ਗੁਰਮੁਖੀ ਇੰਨੀ ਪਵਿੱਤਰ ਭਾਸ਼ਾ ਹੈ, ਇੰਨੀ ਸ਼ਕਤੀਸ਼ਾਲੀ ਹੈ, ਇੰਨੀ ਨਿਰਾਲਾ ਭਾਸ਼ਾ ਹੈ ਕਿ ਗੁਰਮੁਖੀ ਸਿੱਖਣ ਤੋਂ ਬਾਅਦ ਸ਼੍ਰੀ ਜਪਜੀ ਸਾਹਿਬ ਮੇਰੇ ਗੁਰੂ ਨਾਨਕ ਦੇਵ ਵੱਲੋਂ ਆਖਿਆ ਗਿਆ, ਉਹ ਜਪਜੀ ਸਾਹਿਬ ਕੰਨੜ ਭਾਸ਼ਾ ਵਿੱਚ ਅਨੁਵਾਦ ਹੋਇਆ ਹੈ। ਮੈਨੂੰ ਮਾਣ ਮਹਿਸੂਸ ਹੁੰਦਾ ਹੈ, ਮੇਰੀ ਮਾਂ ਬੋਲੀ ਕੰਨੜ ਭਾਸ਼ਾ ਅਮੀਰਪਨ ਦੇ ਅੰਬਰ ਤੱਕ ਪਹੁੰਚ ਚੁੱਕਿਆ ਹੈ, ਕਿਉਂਕਿ ਗੁਰਬਾਣੀ ਜਪਜੀ ਸਾਹਿਬ ਕੰਨੜ ਵਿੱਚ ਅਨੁਵਾਦ ਹੋਣਾ ਮੇਰੀ ਮਾਂ ਬੋਲੀ 8 ਕਰੋੜ ਲੋਕਾਂ ਲਈ ਮਾਣ ਵਾਲੀ ਗੱਲ ਹੈ। ਜਪਜੀ ਸਾਹਿਬ ਦੇ ਵਿੱਚ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਇੱਕੋ ਇੱਕ ਪਰਮਾਤਮਾ ਦੀ ਉਤਸਤ ਹੈ। ਉਸ ਉਤਸਵ ਨੂੰ ਮੈਂ ਕੰਨੜ ਤੋਂ ਪੰਜਾਬੀ ਤੋਂ ਕੰਨੜ ਵਿੱਚ ਅਨੁਵਾਦ ਹੋਇਆ ਹੈ। ਮੂਲ ਮੰਤਰ ਮੈਂ ਤੁਹਾਨੂੰ ਸੁਣਾ ਸਕਦਾ ਹੈ, ਉਸ ਤੋਂ ਇਲਾਵਾ ਜ਼ਫਰਨਾਮਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜ਼ਫਰਨਾਮਾ ਕੰਨੜ ਭਾਸ਼ਾ ਵਿੱਚ ਅਨੁਵਾਦ ਹੋਇਆ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿਸੇ ਨੂੰ ਕਲਮ ਨਾਲ ਹਰਾਉਣਾ ਹੈ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਿੱਖਣਾ ਚਾਹੀਦਾ, ਕਿਉਂਕਿ ਉਸ ਵਕਤ ਖਤ ਨਾਲ ਇੱਕ ਕਲਮ ਨਾਲ ਲਿਖ ਕੇ ਗੁਰੂ ਗੋਬਿੰਦ ਸਿੰਘ ਜੀ ਖਤ ਲਿਖਦੇ ਨੇ ਔਰੰਗਜ਼ੇਬ ਨੂੰ, ਉਸਨੂੰ ਪੜ੍ਹ ਕੇ ਔਰੰਗਜ਼ੇਬ ਹਫ਼ਤੇ ਦੇ ਵਿੱਚ ਮੌਤ ਹੋਇਆ ਸੀ ਉਹਨਾਂ ਦੀ, ਉਸ ਗੁਰੂ ਮਹਾਰਾਜ ਕਲਮ ਦੁਆਰਾ ਲਿਖਦੇ ਨੇ ਕਮਾਲ। ਮੇਰੇ 'ਤੇ ਇੰਨਾ ਮਿਹਰ ਹੋਇਆ ਵੀਰ ਜੀ, ਮੈਂ ਗੁਰੂ ਗੋਬਿੰਦ ਸਿੰਘ ਜੀ ਮਾਰੋ ਲਿਖਿਆ ਗਿਆ ਜ਼ਫਰਨਾਮਾ ਬਿਨਾਂ ਦੇਖ ਕੇ ਬੋਲ ਸਕਦਾ ਹੈ। ਇਹ ਜ਼ਫਰਨਾਮਾ 5 ਪੰਕਤੀ ਜ਼ਰੂਰ ਸੁਣਾਵਾਂਗਾ। ਗੋਬਿੰਦ ਸਿੰਘ ਜੀ ਲਿਖਦੇ ਨੇ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜਿਕ ਰਿਹਾ ਕੁਨ ਰਹੀਮ ਅਮਾ ਬਖਸ਼ ਮਕਸਿੰਦ ਓ ਦਸਤਗੀਰ ਖਤਾ ਬਖਸ਼ ਰੋਜ਼ੀ ਦਿਹੋ ਦਿਲ ਫਜ਼ੀਰ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ ਖੁਦਾਵੰਦ ਬਖਸ਼ਿੰਦੇ ਐਸੋ ਅਰਸ ਹਮੋ ਮਰਦ ਬਾਇਦ ਸ਼ਬਦ ਸ਼ੁਕਨਵਰ ਨਾ ਸਿਖਮੇ ਦਿਗਰ ਦਰ ਦਹਾਨੇ ਦਿਗਰ ਚਿਹਾ ਸੁਦਕੇ ਚੁੰਗ ਬੇਚੁੰਗ ਪੇਚ ਦੇ ਅਪਮਾਰ ਪੇਚ ਦੇ ਅਚਾਰ ਪੇਚ ਦੇ ਅਮਾਰ ਕਮਾਲ ਹੈ ਜੀ। ਪ੍ਰੋਫੈਸਰ ਸਾਹਿਬ, ਇਹ ਤੋਂ ਇਲਾਵਾ ਜਿਹੜਾ ਤੁਸੀਂ ਜਿਹੜਾ ਗਾਇਕੀ ਦੇ ਖਿਲਾਫ਼, ਖਾਸ ਕਰ ਲੱਚਰ ਗਾਇਕੀ ਜਿਹੜੀ ਹੈ ਪੰਜਾਬ ਦੀ, ਜਿਹੜੀ ਲੱਚਰ ਗਾਇਕ ਹੈ ਉਹਨਾਂ ਦੇ ਖਿਲਾਫ਼ ਜਿਹੜੀ ਮਹਿਮ ਸ਼ੁਰੂ ਕੀਤੀ ਹੈ, ਕਾਨੂੰਨੀ ਲੜਾਈ ਸ਼ੁਰੂ ਕੀਤੀ ਹੈ, ਉਹ ਕਿੱਥੇ ਪਹੁੰਚੀ ਹੈ
ਤੇ ਉਹ ਚ ਕਿਹੜੇ ਕਿਹੜੇ ਗਾਇਕ ਨੇ ਜਿਹੜੇ ਨਾਮੀ ਗਾਇਕ, ਉਹਨਾਂ ਦੇ ਤੁਸੀਂ ਨਾਮ ਵੀ ਜ਼ਿਕਰ ਕਰ ਸਕਦੇ ਹੋ ਵੀ ਉਹ ਕਿਹੜੇ ਗਾਇਕ ਨੇ ਜੀ? ਬਿਲਕੁਲ, ਦੇਖੋ ਸਭ ਤੋਂ ਉੱਪਰ ਪੰਜਾਬੀ ਭਾਸ਼ਾ ਹੈ, ਸਭ ਤੋਂ ਉੱਪਰ ਪੰਜਾਬੀ ਸੱਭਿਆਚਾਰ ਹੈ। ਕੋਈ ਵੱਡਾ ਕਲਾਕਾਰ ਨਹੀਂ ਹੋ ਸਕਦਾ ਹੈ, ਸਭ ਤੋਂ ਵੱਡਾ ਤਾਂ ਪੰਜਾਬੀ ਭਾਸ਼ਾ ਹੈ। ਇਸ ਲਈ ਜੇਕਰ ਆਪਣੇ ਆਪ ਕੋ ਵੱਡੇ ਕਲਾਕਾਰ ਕਹਿਣ ਵਾਲੇ ਲੋਕ ਜੋ ਗਾਣਾ ਗਾ ਚੁੱਕੇ ਨੇ, ਉਹਨਾਂ ਨੂੰ 15 ਦਸੰਬਰ ਤੱਕ ਮੈਂ ਸਮਾਂ ਦਿੱਤਾ ਹੈ। ਜੇਕਰ ਉਹ ਪੰਜਾਬੀ ਮਾਂ ਬੋਲੀ ਤੋਂ ਮਾਫ਼ੀ ਨਹੀਂ ਮੰਗਦੇ ਤਾਂ ਮੈਂ 18 ਦਸੰਬਰ ਕੋ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਉੱਤੇ ਸਿੱਧ ਕਰਾਂਗਾ ਕਿ ਇਹੋ ਜਿਹਾ ਕਲਾਕਾਰ ਵਰਗੇ ਕਲਾਕਾਰ ਦੇ ਗਾਣੇ ਕਾਰਨ ਹੀ ਬਹੁਤ ਸਾਰੇ ਮੌਤ ਹੋਏ ਨੇ, ਗੋਲੀ ਚੱਲੇ ਨੇ, ਮੈਂ ਸਿੱਧ ਕਰਾਂਗਾ। ਇਸ ਲਈ ਬਿਹਤਰ ਹੋਏਗੀ 15 ਦਸੰਬਰ ਤੱਕ ਪਹਿਲੇ ਆ ਕੇ ਮਾਫ਼ੀ ਮੰਗੇ। ਉਹਨਾਂ ਦੇ ਵਿੱਚ ਬਹੁਤ ਸਾਰੇ ਨਹੀਂ ਕਲਾਕਾਰ, ਸਿਰਫ 4 ਨੇ। ਉਹਨਾਂ ਦੇ ਗਾਣੇ ਹੈ 4 ਬਟਲ ਉੜਕਾ, ਰੋਜ਼ ਮੇਰਾ ਕਾਮ ਕਾ ਗਾਉਣ ਵਾਲੇ, ਰੋਜ਼ ਮੇਰਾ ਕਾਮ ਕਾ ਗਾਉਣ ਵਾਲੇ, ਉਸ ਤੋਂ ਇਲਾਵਾ ਲੱਕ ਕੁੜੀ ਦਾ 28 ਕੁੜੀ ਦਾ ਗਾਉਣ ਵਾਲੇ, ਬੋਟਲ ਸ਼ਰਾਬ ਦੀ ਗਾਉਣ ਵਾਲੇ, ਉਸ ਤੋਂ ਇਲਾਵਾ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਗਾਉਣ ਵਾਲੇ, ਉਸ ਤੋਂ ਇਲਾਵਾ ਘਰ ਦੀ ਸ਼ਰਾਬ ਹੋਵੇ ਗਾਉਣ ਵਾਲੇ, ਇਹੋ ਜਿਹਾ ਗਾਣੇ ਗਾਉਣ ਵਾਲੇ ਲੋਕ ਬਹੁਤ ਮਸ਼ਹੂਰ ਨੇ ਪੰਜਾਬ ਦੇ ਵਿੱਚ, ਮੈਂ ਮੰਨਦਾ ਏ। ਖਾਸ ਤੌਰ 'ਤੇ ਘਰ ਦੀ ਸ਼ਰਾਬ ਹੋਵੇ ਗਾਉਣ ਵਾਲੇ ਗੁਰਦਾਸ ਸਿੰਘ ਸਾਹਿਬ ਹੈ, ਜੋ ਬਹੁਤ ਮਸ਼ਹੂਰ ਨੇ ਪੰਜਾਬ ਦੇ ਵਿੱਚ। ਮੈਂ ਉਹਨਾਂ ਨੂੰ ਗੁਰਦਾਸ ਸਿੰਘ ਇਸ ਲਈ ਕਹਿੰਦਾ ਕਿਉਂਕਿ ਉਹਨਾਂ ਦਾ ਮਾਂ ਨਾਂ ਹੈ ਤੇਜ਼ ਕੌਰ, ਕੌਰ ਦਾ ਬੱਚਾ ਸਿੰਘ ਹੁੰਦਾ ਹੈ, ਇਸ ਲਈ ਉਸ ਗੁਰਦਾਸ ਸਿੰਘ ਹੈ। ਉਹਨਾਂ ਨੂੰ ਬਾਹਰ ਆ ਕੇ ਪੰਜਾਬੀ ਮਾਂ ਬੋਲੀ ਤੋਂ ਮਾਫ਼ੀ ਮੰਗਣ ਦੇ ਵਿੱਚ ਕੋਈ ਸ਼ਰਮ ਨਹੀਂ ਹੋਣਾ ਚਾਹੀਦਾ, ਨਾ ਮਾਣ ਮਹਿਸੂਸ ਕਰਨੀ ਚਾਹੀਦੀ, ਕਿਉਂਕਿ ਪੰਜਾਬੀ ਭਾਸ਼ਾ ਹੈ। ਮੈਂ ਲੋਕ ਕਹਿੰਦੇ ਨੇ ਕਿ ਉਹ ਤਾਂ ਬਹੁਤ ਵੱਡਾ ਕਲਾਕਾਰ ਹੈ, ਮੈਂ ਉਹਨਾਂ ਨੂੰ ਉਹਨਾਂ ਦੇ ਬਹੁਤ ਸਾਰੇ ਫੈਨ ਨੇ, ਹੋ ਸਕਦਾ ਗਲਤੀ ਨਾਲ ਤੁਹਾਨੂੰ ਲੋਕ ਮਾਰਨਗੇ। ਮੈਂ ਉਹਨਾਂ ਨੂੰ ਕਿਹਾ ਕਿ ਸਭ ਤੋਂ ਵੱਡਾ ਫੈਨ ਤਾਂ ਮੈਂ ਹਾਂ ਗੁਰਦਾਸ ਸਿੰਘ ਸਾਹਿਬ ਦੀ, ਕਿਉਂਕਿ ਗੁਰਦਾਸ ਸਿੰਘ ਸਾਹਿਬ 'ਤੇ ਲੱਗਿਆ ਹੋਇਆ ਦਾਗ ਕਲੰਕ ਨੂੰ ਧੋਲਣ ਲਈ ਮੈਂ ਕੰਮ ਕਰ ਰਿਹਾ। ਜੇਕਰ ਉਹ ਬਾਹਰ ਆ ਕੇ ਲੋਕਾਂ ਨੂੰ ਕਹਿਣਗੇ ਕਿ ਇਹੋ ਜਿਹਾ ਗਾਣਾ ਮਤ ਗਾਓ, ਸ਼ਰਾਬੀ ਹਥਿਆਰੀ ਲੱਚਰ ਮਤ ਗਾਓ, ਤਾਂ ਪੂਰਾ ਪੰਜਾਬ ਸੁਣੇਗੀ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹਿੰਮਤ ਨਹੀਂ ਕਰਨਗੀ ਇਸ ਭਾਸ਼ਾ ਦੇ ਵਿੱਚ ਲੱਚਰ ਹਥਿਆਰੀ ਸ਼ਰਾਬ ਗਾ ਸਕੇ। ਇਸ ਲਈ ਪ੍ਰੋਫੈਸਰ ਸਾਹਿਬ, ਲਾਸਟ ਆਖਰੀ ਸਵਾਲ ਹੈ ਵੀ ਤੁਸੀਂ ਜਦੋਂ ਤੋਂ ਪੰਜਾਬੀ ਲਈ, ਮਾਂ ਬੋਲੀ ਪੰਜਾਬੀ ਲਈ ਜਦੋਂ ਤੋਂ ਤੁਸੀਂ ਮੈਮ ਇਹ ਸ਼ੁਰੂ ਕੀਤੀ ਹੈ, ਉਹਨੂੰ ਤੁਸੀਂ ਜਿਹੜੀ ਉਸ ਮੈਮ ਨੂੰ ਕਿੰਨੀ ਸਫਲਤਾ ਮਿਲੀ ਹੈ, ਉਹ ਕੀ ਸਮਝਦੇ ਹੋ, ਉਹਦੇ ਬਾਰੇ ਵੀ ਦੱਸੋ ਜੀ। ਮੈਂ ਪੰਜਾਬੀ, ਹਰੇਕ ਪੰਜਾਬੀ ਦਾ ਮੈਂ ਸਨਮਾਨ ਕਰਦਾ ਹੈ। ਮੇਰੇ ਵੱਲੋਂ ਕੀਤੀ ਜਾ ਰਹੀ ਹੈ ਕੋਈ ਕਾਰਜ ਇੱਕ ਪਰਮਾਤਮਾ ਦੇ ਮਿਹਰ ਕਾਰਨ ਹੋ ਰਹੇ ਹੋਣਗੇ। ਮੈਨੂੰ ਅਸਰ ਹੁਣ ਨਹੀਂ ਦਿਸਦਾ ਹੈ ਪਰ ਦਿਖੇਗੀ ਆਉਣ ਵਾਲੇ ਸਮੇਂ ਦੇ ਵਿੱਚ। ਮੈਂ ਪਹਿਲੇ ਵੀ ਕਿਹਾ ਪੰਜਾਬੀ ਔਰਤ ਜਾਗੇਗੀ, ਜਾਗੋ ਆਈ ਜਾਗੋ ਹੈਗਾ ਕਿ ਸਭ ਨੂੰ ਜਗਾਉਣ ਵਾਲੀ ਪੰਜਾਬੀ ਔਰਤ ਜਾਗੇਗੀ, ਕਿਉਂਕਿ ਤੁਸੀਂ ਪੰਜਾਬੀ ਗਾਣੇ ਦੇ ਵਿੱਚ ਔਰਤ ਨੂੰ ਖਾਣ ਵਾਲੇ ਭੋਗਣ ਵਾਲੇ ਵਸਤੂ ਨਹੀਂ ਬਣਾ ਸਕਦੇ। ਚੰਡੀਗੜ੍ਹ ਵਿੱਚ ਕੁੜੀ ਮਿਲੀ ਚੋਕਲੇਟ ਵਰਗੀ ਨਹੀਂ ਗਾ ਸਕਦੇ। ਇੱਕ ਦਿਨ ਉਹ ਪੰਜਾਬੀ ਔਰਤ ਜਾ ਕੇ ਆਪਣੀ ਇੱਜ਼ਤ ਲਈ, ਆਪਣੀ ਸਨਮਾਨ ਲਈ ਲੜੇਗੀ। ਜੇਕਰ ਪੰਜਾਬੀ ਭਾਸ਼ਾ ਦੇ ਥੱਲੇ ਲਿਖਿਆ ਜਾਂਦਾ ਹੈ ਹਾਈਵੇ 'ਤੇ, ਪੰਜਾਬ ਦੀ ਹਾਈਵੇ 'ਤੇ, ਉਹ ਮੈਂ ਇੱਕ ਵਾਰ ਆਵਾਜ਼ ਦਿੱਤਾ ਅਤੇ ਉਸ ਤੋਂ ਬਾਅਦ ਪੂਰਾ ਪੰਜਾਬ 'ਚ ਲਹਿਰ ਸ਼ੁਰੂ ਹੋਈ, ਲੋਕ ਜੇਲ੍ਹ ਵੀ ਪਹੁੰਚ ਚੁੱਕੇ ਨੇ, ਉਸ ਤੋਂ ਬਾਅਦ ਬਾਹਰ ਆਏ ਨੇ। ਹੁਣ ਸਰਕਾਰ ਨੂੰ ਮਜਬੂਰ ਹੋ ਕੇ ਪੰਜਾਬੀ ਸਭ ਤੋਂ ਉੱਪਰ ਲਿਖਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਕਹਿਣ ਦਾ ਭਾਵੇਂ ਮੇਰੇ ਕਾਰਜ ਸਫਲ ਹੋਇਆ ਨਹੀਂ ਹੋਇਆ ਉਹ ਮਹੱਤਤਾ ਨਹੀਂ ਹੈ, ਪੰਜਾਬੀ ਲੋਕਾਂ ਦੇ ਮਨਾਂ ਵਿੱਚ ਜਾਗਰੂਕਤਾ ਪੈਦਾ ਹੋਈ ਨਹੀਂ ਹੋਈ ਇਹ ਪੁੱਛਣ ਦੀ ਲੋੜ ਹੈ। ਜੇਕਰ ਮੈਂ ਇਹ ਖਤ ਲਿਖ ਕੇ ਪੰਜਾਬ ਯੂਨੀਵਰਸਿਟੀ ਵਾਈਸ ਚਾਂਸਲਰ ਨੂੰ ਕਿਹਾ ਕਿ ਤੁਸੀਂ ਇਹ ਪੰਜਾਬੀ ਭਾਸ਼ਾ ਨੂੰ ਸਭ ਤੋਂ ਉੱਪਰ ਲਿਖੋ ਆਪਣੇ ਕੈਂਪਸ ਦੇ ਵਿੱਚ, 5000 ਰੁਪਏ ਉਹਨਾਂ ਨੂੰ ਚੈੱਕ ਭੇਜਿਆ, ਉਸ ਤੋਂ ਬਾਅਦ ਤੁਰੰਤ ਕਾਰਵਾਈ ਸ਼ੁਰੂ ਹੋਈ, ਉੱਥੇ ਪੰਜਾਬੀ ਸਭ ਤੋਂ ਉੱਪਰ ਲਿਖਿਆ ਜਾ ਰਿਹਾ ਯੂਨੀਵਰਸਿਟੀ ਦੇ ਵਿੱਚ। ਕਹਿਣ ਦਾ ਭਾਵ ਹੈ ਪੰਜਾਬੀ ਲੋਕਾਂ ਦੇ ਮਨਾਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਸਤਿਕਾਰ ਜਗਾਉਣ ਦਾ ਕੰਮ ਮੈਂ ਆਖਰੀ ਸਾਹ ਤੱਕ ਕਰਦਾ ਰਹਾਂਗਾ। ਇਹ ਹਨ ਪ੍ਰੋਫੈਸਰ ਰਾਓ ਜੀ। ਕਰਨਾਟਕਾ ਨਾਲ ਜਿਹੜੀ ਪੰਜਾਬੀਆਂ ਦੀ ਸਾਂਝ ਹੈ ਉਹ ਪੁਰਾਣੀ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਪਹਿਲੇ ਪਾਤਸ਼ਾਹ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਕਰਨਾਟਕਾ ਜਾ ਕੇ ਬਿਦਰ ਇਲਾਕੇ 'ਚ ਉਹਨਾਂ ਨੇ ਲੋਕਾਂ ਲਈ, ਉੱਥੋਂ ਦੇ ਲੋਕਾਂ ਲਈ ਪਾਣੀ ਉਸ ਸਮੇਂ ਦੀ ਜਿਹੜੀ ਵੱਡੀ ਘਾਟ ਸੀ ਪਾਣੀ ਪੂਰੀ ਕੀਤੀ, ਚਸ਼ਮਾ ਉੱਥੋਂ ਜਿਹੜਾ ਨਿਕਲਦਾ ਹੁਣ ਵੀ ਨਿਕਲ ਰਿਹਾ। ਉਹਦੇ ਨਾਲ ਹੀ ਜਿਹੜੇ 5 ਪਿਆਰੇ ਦਸ਼ਮੇਸ਼ ਪਾਤਸ਼ਾਹ ਜੀ ਵੱਲੋਂ ਸਾਜੇ 5 ਪਿਆਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਿਨ੍ਹਾਂ ਨੇ ਜਬਰ ਜ਼ੁਲਮ ਖਿਲਾਫ਼ ਵੱਡੀ ਲੜਾਈ ਲੜੀ, ਉਹਨਾਂ 'ਚੋਂ 1 ਪਿਆਰਾ ਜੋ ਕਿ ਭਾਈ ਸਾਹਿਬ ਸਿੰਘ ਜੀ ਉਹ ਵੀ ਜਿਹੜੇ ਹੈਗੇ ਨੇ ਕਰਨਾਟਕਾ ਨਾਲ ਹੀ ਸੰਬੰਧਿਤ ਸਨ। ਅਤੇ ਅੱਜ ਪ੍ਰੋਫੈਸਰ ਰਾਓ ਵੱਲੋਂ ਪੰਜਾਬ ਅਤੇ ਪੰਜਾਬੀਆਂ ਲਈ ਕੀਤੇ ਜਾ ਰਹੇ ਜਿਹੜੇ ਯਤਨ ਨੇ ਉਹ ਬਹੁਤ ਸ਼ਲਾਘਾਯੋਗ ਨੇ। ਇਸ ਸੰਕਲਪ ਨੂੰ ਪੂਰਾ ਕਰਨ ਲਈ, ਉਹਨਾਂ ਦੀ ਮਹਿਮ ਨੂੰ ਸਫਲ ਬਣਾਉਣ ਲਈ ਸਾਨੂੰ ਪੰਜਾਬੀਆਂ ਨੂੰ ਵੀ ਇਸ ਲੋਕ ਲਹਿਰ 'ਚ ਸ਼ਾਮਲ ਹੋਣਾ ਪਵੇਗਾ ਅਤੇ ਇਸ ਲਹਿਰ ਦਾ ਜਿਹੜਾ ਹਿੱਸਾ ਬਣਨਾ ਹੋਵੇਗਾ। ਧੰਨਵਾਦ।